ਬਜ਼ੁਰਗੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਜ਼ੁਰਗੋ ਆਪਣਾ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਨੂਰਪੁਰ ਸੇਠਾ ਜੀ ਇਹ ਕਿੱਥੇ ਜੀ ਪੈ ਗਿਆ ਜੀ ਇਹ ਜ਼ਿਲ੍ਹਾ ਫਿਰੋਜ਼ਪੁਰ ਤੋਂ 5 ਕਿਲੋਮੀਟਰ 6 ਕਿਲੋਮੀਟਰ ਤੇ ਹੈ ਜੀ ਜਿਹੜਾ ਕਿ ਇਹ ਨਿਊ ਵਿਸ਼ਕਰਮਾ ਕੰਪਨੀ ਦਾ ਤੁਸੀਂ ਰਿਪਰ ਲੈ ਰਹੇ ਹੋ ਇਹਦੇ 'ਚ ਤੁਹਾਨੂੰ ਕੀ ਤਬਦੀਲੀ ਲੱਗੀ ਇਹਨਾਂ ਦੇ ਬਹੁਤ ਰੈਲੀਆਂ ਚੱਲਦੀਆਂ ਨੇ ਇਹਨਾਂ ਦੀ ਇਹ ਤਬਦੀਲੀ ਹੈ ਟਰੈਕਟਰ ਨੂੰ ਜ਼ੋਰ ਨਹੀਂ ਲੱਗਣ ਦਿੰਦੀਆਂ ਅਰਮਾਨ ਨਾਲ ਬਹੁਤ ਚੱਲਦੀਆਂ ਨੇ ਬਹੁਤ ਉਂਝਵੀਂ ਖਿਚਾਈ ਵੀ ਬਹੁਤ ਟਰੈਕਟਰ ਕਰਦਾ ਅਤੇ ਕੰਮ ਵੀ ਬਹੁਤ ਜ਼ਿਆਦਾ ਕਰਦੀਆਂ ਨੇ ਇਸ ਰੀਪਰ ਤੋਂ ਚਲਾਉਣ ਤੋਂ ਪਹਿਲਾਂ ਕੋਈ ਹੋਰ ਰੀਪਰ ਚਲਾਇਆ ਸੀ ਤੁਹਾਨੇ ਅਸਾਂ ਪਹਿਲਾਂ 3 ਰੀਪਰ ਚਲਾਏ ਹੋਏ ਆ ਜੀ ਕਿਹੜੇ ਕਿਹੜੇ ਅਸੀਂ ਜੈਪੁਰ ਦਾ ਵੀ ਚਲਾਇਆ ਹੋਇਆ ਜੀ ਅਤੇ KS ਵਾਲੇ ਵੀ ਚਲਾਏ ਹੋਏ ਆ ਹਾਂਜੀ ਅਤੇ ਇਹਨਾਂ ਦੇ ਵਿੱਚ ਤੁਹਾਨੂੰ ਫਿਰ ਕੀ ਅੰਤਰ ਲੱਗਿਆ ਇਹ ਉਹਨਾਂ ਤੋਂ ਰੈਲਾ ਬਹੁਤ ਚੱਲਿਆ ਜੀ ਇਹਨਾਂ 'ਚ ਇਹ ਅੰਤਰ ਚੱਲਿਆ ਕਿੱਥੇ ਉਹ 18 ਟਰਾਲੀਆਂ ਬਣਾਉਂਦੇ ਸੀ ਇਹ ਅਸੀਂ 20 ਤੋਂ 22 'ਤੇ ਕੱਪੜ ਜਾਂਦੇ ਹਾਂ ਅਤੇ 7 ਵਜੇ ਬੰਦ ਵੀ ਕਰ ਦਿੰਦੇ ਹਾਂ ਜਿਹੜੇ ਟਰਾਲੀ ਬਣਾਉਣ ਦਾ ਸਮਾਂ ਇਹ ਕਿੰਨੇ ਤੋਂ ਕਿੰਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀਆਂ ਟਰਾਲੀਆਂ ਬਣਾਉਂਦੇ ਅਸੀਂ ਸਵੇਰ ਤੋਂ ਅਸੀਂ ਲਾਉਂਦੇ ਹਾਂ ਜੀ 9 ਕੁ ਵਜੇ ਲਾਉਂਦੇ ਹਾਂ ਅਤੇ ਸ਼ਾਮ ਨੂੰ 7 ਵਜੇ ਤੱਕ ਅਸੀਂ ਬੰਦ ਕਰ ਦਿੰਦੇ ਹਾਂ 18 ਤੋਂ 20 ਟਰਾਲੀਆਂ ਬਣਾ ਕੇ ਅਸੀਂ ਬੰਦ ਕਰ ਦਿੰਦੇ ਹਾਂ ਜੇ ਅਸੀਂ ਲੇਟ ਚਲਾਈਏ ਤਾਂ ਅਸੀਂ ਘੱਟੋ ਘੱਟ 25-28 ਟਰਾਲੀਆਂ ਤੱਕ ਅਪੜ ਜਾਂਦੇ ਹਾਂ ਜੀ ਜਿਹੜਾ ਇਹ ਨਿਊ ਵਿਸ਼ਕਰਮਾ ਕੰਪਨੀ ਦਾ ਰੀਪਰ ਲੈਣ ਵਾਸਤੇ ਇਹਨਾਂ ਤੁਹਾਡਾ ਕਿਸਦਾ ਸੰਪਰਕ ਹੋਇਆ ਇਹ ਸਾਡੇ ਨਾਲ ਬਰਾੜ ਸਾਹਿਬ ਨੇ ਸੰਪਰਕ ਕੀਤਾ ਇਹ ਆਏ ਸੀਗੇ ਇਹਨਾਂ ਨਾਲ ਸਾਨੂੰ ਥੋੜ੍ਹਾ ਕੀਤਾ ਅਤੇ ਉਹਨਾਂ ਨਾਲ ਸਾਨੂੰ ਬਹੁਤ ਹੀ ਵਧੀਆ ਰਿਹਾ ਇਹਨਾਂ ਨਾਲ ਸੰਪਰਕ ਕੀਤਾ ਅਤੇ ਬਹੁਤ ਆਉਂਦੇ ਆ ਠੀਕ ਮੇਰੇ ਪਿੰਡ 10 ਅੱਛਾ ਉਹਨਾਂ ਬਾਰੇ ਤੁਹਾਨੂੰ ਕੋਈ ਜ਼ਰੂਰਤ ਪੈਂਦੀ ਹੋਵੇ ਕੋਈ ਫੀਲਡ ਬਾਰੇ ਅਤੇ ਕੋਈ ਤੁਹਾਨੂੰ ਪਰੇਸ਼ਾਨੀ ਹੁੰਦੀ ਹੋਵੇ ਨਹੀਂ ਜੀ ਉਹਨਾਂ 'ਤੇ ਸਾਨੂੰ ਕੋਈ ਗਲਤ ਸਿਕਵਾ ਨਹੀਂ ਕਦੋਂ ਵੀ ਅਸੀਂ ਫੋਨ ਕਰੀਏ ਉਸੇ ਵੇਲੇ 15-20 ਮਿੰਟ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਪਹੁੰਚ ਜਾਂਦੇ ਆ ਜੋ ਵੀ ਸਮਾਨ ਪੈਣ ਵਾਲਾ ਹੋਵੇ ਪਾ ਕੇ ਜਾਂਦੇ ਆ ਖੁਦ ਚਲਾ ਕੇ ਅੱਗੇ ਪਿੱਛੇ ਵੀ ਚੌਥੇ ਦਿਨ ਪੰਜਵੇਂ ਦਿਨ ਗੇੜਾ ਮਾਰਦੇ ਰਹਿੰਦੇ ਆ ਫੋਨ ਵੀ ਕਰਕੇ ਪੁੱਛਦੇ ਰਹਿੰਦੇ ਆ ਅਤੇ ਜਿਹੜੇ ਕੰਪਨੀ ਦਾ ਰੀਪਰਾ ਜੀ ਇਹਦੀ ਚਲਾਈ ਕਿੱਦਾਂ ਦੀ ਲੱਗੀ ਤੁਹਾਨੂੰ ਜਾਂ ਸਫਾਈ ਕਰਦੇ ਹੋਣਾ ਕਟਾਈ ਕਿੱਦਾਂ ਦੀ ਲੱਗੀ ਇਹਨਾਂ ਦੀ ਸਫਾਈ ਬਹੁਤ ਜੀ ਕਿੰਨੀ ਹੈ ਥੱਲਿਓਂ ਸਾਫ਼ ਕਰਦਾ ਨਾ ਬਹੁਤ ਜ਼ਿਆਦਾ ਮਜਾਲਕੀ ਥੱਲੇ ਰਹਿਣ ਨਹੀਂ ਦਿੰਦਾ ਨਹੀਂ ਤਾਂ ਦੂਸਰਾ ਸੀਗਾ ਅੱਗੇ ਟਾਇਰਾਂ ਵਾਲੀ ਥਾਂ ਰਹਿ ਜਾਂਦੇ ਸੀਗੇ ਬਾਕੀ ਰੀਪਰਾਂ ਦੇ ਸਾਡੇ ਹੁਣ ਟਾਇਰਾਂ ਵਾਲੀ ਥਾਂ ਵੀ ਇਹ ਚੱਕ ਲੈਂਦਾ ਇਹ ਨਹੀਂ ਛੱਡਦਾ ਜ਼ਰਾ ਜਿੰਨਾ ਵੀ ਨਹੀਂ ਛੱਡਦਾ ਜੀ ਅਤੇ ਦਾਣਿਆਂ ਬਾਰੇ ਕੀ ਖਿਆਲ ਆ ਜੀ ਦਾਣੇ ਵੀ ਬਹੁਤ ਸਾਫ਼ ਕੱਢਦਾ ਜੀ ਦਾਣੇ ਵੀ ਇਹ ਰੋਜ਼ ਦੇ 1.5-2 ਕੁਇੰਟਲ ਦਾਣੇ ਨਿਕਲ ਆਉਂਦੇ ਆ ਸਾਡੇ ਜੀ ਅੱਛਾ ਜਿਹੜੀਆਂ ਇਹ ਆਪਣੀਆਂ ਟਰਾਲੀਆਂ ਨੇ ਜੀ ਇਹ ਕਿੰਨੀਆਂ 12-6 ਦੀਆਂ ਜਾਂ 11-6 ਦੀਆਂ ਜੀ ਇਹ ਸਾਡੀਆਂ ਹੈਗੀਆਂ ਨੇ 11-6.5 ਦੀਆਂ ਨੇ ਜੀ ਉੱਤੋਂ 8 ਫੁੱਟ ਹੋ ਜਾਂਦੀਆਂ ਨੇ ਜੀ ਚੌੜੀਆਂ ਅਸੀਂ ਇਹਨਾਂ 'ਚ 9 ਤੋਂ 10 ਕੁਇੰਟਲ ਤੂੜੀ ਪਾਉਂਦੇ ਹਾਂ ਜੀ ਠੀਕ ਹੈ ਜੀ ਅਤੇ ਹੋਰ ਕੋਈ ਕੁਛ ਕਹਿਣਾ ਚਾਹੋ ਜੀ ਕੰਪਨੀ ਨੂੰ ਕੋਈ ਸੁਝਾਅ ਦੇਣਾ ਚਾਹੋ ਨਹੀਂ ਕੰਪਨੀ ਨੂੰ ਸੁਝਾਏ ਹੋਏ ਵੀ ਉਹਨਾਂ ਨੇ ਬਹੁਤ ਸੋਹਣਾ ਰੀਪਰ ਬਣਿਆ ਹੋਇਆ ਇਹਨਾਂ ਕਿਹੜੀਆਂ ਤਬਦੀਲੀਆਂ ਕੁਝ ਅੱਗੇ ਕੀਤੀਆਂ ਨੇ ਉਹਦੇ ਨਾਲ ਹੀ ਬਹੁਤ ਸਾਨੂੰ ਫਰਕ ਪਿਆ ਅੱਗੇ ਵੀ ਵੇਖਿਆ ਸੀ ਇਹਨਾਂ ਦੀ ਚਲਾਈ ਸੀਗੀ ਉਹਦੇ ਨਾਲੋਂ ਜਿਹੜੀ ਇਹ ਬਣਾਈਏ ਉਸ ਤੋਂ ਹੀ ਬਿਹਤਰ ਬਣਾਈਏ ਕੋਈ ਆਵਾਜ਼ ਨਹੀਂ ਗੀ ਐਂ ਬਿਲਕੁਲ ਠੰਡੀ ਚੱਲਦੀ ਮਸ਼ੀਨ ਬਹੁਤ ਜ਼ਿਆਦਾ ਕੋਈ ਉੱਤਰ ਪਤਾ ਨਹੀਂ ਲੱਗਦਾ ਵੀ ਕਿਵੇਂ ਚੱਲਦੀ ਹੈ ਕਿਵੇਂ ਨਹੀਂ ਚੱਲਦੀ ਐਂ ਠੰਡੀ ਚੱਲਦੀ ਕੋਈ ਖੜਕਾ ਨਹੀਂ ਗਾ ਕੋਈ ਦੜਕਾ ਨਹੀਂ ਗਾ ਨਾ ਕੋਈ ਬੈਰਿੰਗ ਦੀ ਪ੍ਰੋਬਲਮ ਅੱਜ ਤੱਕ ਆਈ ਹੈ ਅਜੇ ਤੱਕ ਐਂ ਬਿਲਕੁਲ ਸਹੀ ਚੱਲਦੀ ਹੈ ਸਾਡੇ ਏਰੀਏ 'ਚ ਜੀ ਇੱਥੇ ਸਾਡੇ ਪਿੰਡ 'ਚ 4-5 ਮਸ਼ੀਨਾਂ ਹੈਗੀਆਂ ਨੇ ਜੀ ਹੋਰ ਨਜ਼ਦੀਕ ਏਰੀਆ ਦੇ ਵਿੱਚ ਬਾਕੀ ਹੋਰ ਏਰੀਏ 'ਚ ਬਹੁਤ ਨੇ ਮਸ਼ੀਨਾਂ ਜੀ ਘੱਟੋ ਘੱਟ ਸਾਡੇ ਏਰੀਏ 'ਤੇ 40-50 ਮਸ਼ੀਨ ਹੋਏਗੀ ਜੀ ਤੂਤ ਪਿੰਡ ਕਿੰਨੇ ਨੇ ਜੀ ਤੂਤ ਪਿੰਡ ਤਾਂ 8-10 ਹੋਣਗੀਆਂ ਜੀ 26 ਆ ਹਾਂਜੀ ਤੂਤ ਪਿੰਡ 26 ਮਸ਼ੀਨਾਂ ਜੀ ਵੀ ਉਹਦੇ ਨਾਲ ਸਾਡੇ ਤੋਂ ਇੱਥੋਂ 4-5 ਕਿਲੋਮੀਟਰ ਪਾਸੇ 'ਤੇ ਆ ਹਾਂਜੀ ਹਾਂਜੀ ਠੀਕ ਹੈ ਜੀ